ਨਸਕਾਰ ਖਬਰਾਂ ਦੇ ਇਸ ਬਲੂਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਦੀਦੀ ਪੰਜਾਬੀ ਦੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਵਧਾਈ ਤੇ ਹੁਣ ਪੇਸ਼ ਨੇ ਝੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਖਾਤਿਆਂ 'ਚ 20000 ਕਰੋੜ ਰੁਪਏ ਤੋਂ ਵੱਧ ਦੀ ਸਨਮਾਨ ਵਰਾਸ਼ੀਕਰਨ ਦੇ ਟ੍ਰਾਂਸਫਰ ਪੰਜਾਬ ਬੀਜੇਪੀ ਵੱਲੋਂ ਨਵਾਂ ਪੰਜਾਬ ਭਾਜਪਾ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਲਾਗੇ ਬੰਨਾ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਸਥਾਪਿਤ ਕਰਨ ਦਾ ਕੀਤਾ ਐਲਾਨ ਦੇਸ਼ ਦੇ ਹੋਰਨਾ ਹਿੱਸਿਆਂ ਵਾਂਗ ਪੰਜਾਬ 'ਚ ਨਵੇਂ ਸਾਲ 2022 ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕਰੋਨਾ ਸੰਬੰਧੀ ਨੀਮਾਂ ਦੀਆਂ ਉਦੀਆਂ ਤਜੀਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਦੀ ਯੋਜਨਾ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਨਵੇਂ ਸਾਲ ਦੇ ਤੋਹਫੇ ਵਜੋਂ 20,000 ਕਰੋੜ ਰੁਪਏ ਤੋਂ ਵੱਧ ਦੀ ਸਨਮਾਨ ਰਾਸ਼ੀ ਉਹਨਾਂ ਦੇ ਖਾਤਿਆਂ 'ਚ ਟਰਾਂਸਫਰ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਕਿਸਾਨ ਉਤਪਾਦਕ ਸੰਗਠਨਾ ਨੂੰ 14 ਕਰੋੜ ਰੁਪਏ ਤੋਂ ਵੱਧ ਦੀ ਇਕਵਿਟੀ ਗ੍ਰਾਂਟ ਟਰਾਂਸਫਰ ਕੀਤੀ ਜਾਵੇਗੀ ਜਿਸ ਦਾ ਲਾਭ 1,24,000 ਤੋਂ ਵੱਧ ਕਿਸਾਨਾਂ ਨੂੰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਉਤਪਾਦਕ ਸੰਗਠਨਾ ਦੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸੰਵਾਦ ਵੀ ਕੀਤਾ ਜਾਵੇਗਾ ਇਹ ਸੰਵਾਦ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ ਇੱਕ ਰਿਪੋਰਟ ਸਨਮਾਨ ਨਿਦੇ ਦੇ ਸ਼ੁਰੂ ਹੋਣ ਮਗਰੋਂ 11 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਸਿੱਧੇ ਤੌਰ ਤੇ 1,60,000 ਕਰੋੜ ਰੁਪਏ ਤੋਂ ਵਧੇਰੇ ਦੀ ਰਕਮ ਟਰਾਂਸਫਰ ਕੀਤੀ ਗਈ ਹੈ ਯੋਜਨਾ ਤਹਿਤ ₹2000 ਦੀਆਂ ਤਿੰਨ ਕਿਸ਼ਤਾਂ ਵਿੱਚ ਲਾਭਪਾਤਰੀਆਂ ਨੂੰ ₹6000 ਟਰਾਂਸਫਰ ਕੀਤੇ ਜਾਂਦੇ ਨੇ ਸਿੱਧੇ ਕਿਸਾਨਾਂ ਦੇ ਖਾਤੇ ਚ ਪਹੁੰਚਦਾ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਕਿਸੇ ਵਿਚੋਲੀਏ ਦੀ ਲੋੜ ਨਹੀਂ ਪੈ ਰਹੀ ਕੀ ਪਿਛਲੇ 60 ਸਾਲ ਤੱਕ ਸਿਸਟਮ ਦੇਖਿਆ ਨਾ ਵੈ ਕਿ ਸੈਂਟਰ ਸਰਕਾਰ ਆ ਜਦੋਂ ਵੀ ਸੈਂਟਰ ਗਵਰਨਮੈਂਟ ਕੁਝ ਦਿੰਦੀ ਆ ਕਿਸੇ ਵੀ ਤੱਤੇ ਨੂੰ ਗਰੀਬਾਂ ਨੂੰ ਕਿਸਾਨਾਂ ਨੂੰ ਜਾਂ ਤੇਹੇ ਨੂੰ ਵੀ ਉਹ ਜਿਨ੍ਹਾਂ ਲਈ ਜਾਂਦਾ ਵੈ ਉਹਨਾਂ ਤਾਂ ਕਪੂਛਦੇ ਪੂਛਦੇ ਵਿਚੋਲੀਆਂ ਚ ਘੁੰਮ ਕੇ ਚਲਾ ਜਾਂਦਾ ਵੈ ਤੇ ਸਰਕਾਰ ਦੀਆਂ ਸਕੀਮਾਂ ਫੇਲ ਹੋ ਜਾਂਦੀਆਂ ਹਨ ਪਰ ਅੱਜ ਗੱਲ ਕਹਿਣ ਚ ਸਾਨੂੰ ਗਰਮ ਮਹਿਸੂਸ ਹੋਣ ਡਿਆ ਵੈ ਕਿ ਕੇਂਦਰ ਚ ਜੋ 1 ਰੁਪਿਆ ਚੱਲਦਾ ਵੈ ਤੇ ਪੁੱਜਣ ਵਾਲੇ ਤਾਂ ਕਿਕਰ ਬਾਹਰ ਪਹੁੰਚ ਜਾਂਦਾ ਵੈ ਯੋਜਨਾ ਕਿਸਾਨਾਂ ਨੂੰ ਉਹਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੂਰ ਕਰਨ ਵਿੱਚ ਮਦਦਗਾਰ ਬਣਦੀ ਏ ਮੈਂ ਅਤੇ ਮੇਰੇ ਨਾਲ ਦੇ ਹੋਰ ਕਈ ਸੈਂਕੜੇ ਕਿਸਾਨ ਜਿਹੜੇ ਮੇਰੇ ਪਿੰਡ ਦੇ ਆ ਉਹ ਬਹੁਤ ਖੁਸ਼ ਆ ਇਸ ਪੈਸੇ ਨਾਲ ਅਸੀਂ ਬੀਜ ਵੀ ਖਰੀਦ ਲੈਨੇ ਆ ਆਪਣੇ ਸੰਧਾ ਨੂੰ ਵੀ ਰਿਪੇਅਰ ਕਰਾ ਲੈਨੇ ਆ ਸਾਨੂੰ ਕਿਸੇ ਤੋਂ ਕੋਈ ਪੈਸਾ ਮੰਗਣਾ ਨਹੀਂ ਪੈਂਦਾ ਜੋ ਇਹ 6000 ਰੁਪਏ ਸਾਲਾਨਾ ਇਨਕਮ ਕਿਸਾਨਾਂ ਦੀ ਵਧਾਉਣ ਲਈ ਮਦਦ ਕਰ ਰਹੇ ਨੇ ਉਹ ਇੱਕ ਚੰਗਾ ਪ੍ਰਾਲਾ ਹੈ ਤੇ ਇਹਦੇ ਨਾਲ ਕਿਸਾਨਾਂ ਨੂੰ کافی ਰਾਹਤ ਮਿਲ ਗਈ ਸੀ ਬੀਜ ਵਗੈਰਾ ਲੈਣ ਦੀ ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਚਲੋ ਤੁਹਾਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜੇ ਉਹ ਕਿਸਾਨਾਂ ਦੇ ਪੱਖ ਵਿੱਚ ਆ ਕੇ کافی ਮਦਦ ਕਰ ਰਹੇ ਨੇ ਯੋਜਨਾ ਦਾ ਪੂਰਾ ਖਰਚ ਭਾਰਤ ਸਰਕਾਰ ਵੱਲੋਂ ਸਹਿਨ ਕੀਤਾ ਜਾਂਦਾ ਹੈ 10000 ਕਿਸਾਨ ਉਤਪਾਦਕ ਸੰਗਠਨ ਐਫ ਪੀਓਜ਼ ਦੀ ਸਥਾਪਨਾ ਲਈ 6865 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਐਫਪੀਓ ਬਨੋ ਨਿਵੇਸ਼ ਤੇ ਬਰਾਬਰ ਇਕਵਿਟੀ ਗ੍ਰਾਂਟ ਦੀ ਵਿਵਸਥਾ 15 ਲੱਖ ਰੁਪਏ ਤੱਕ ਦੇ ਸਿਕਿਉਰਿਟੀ ਤੋਂ ਬਿਨਾਂ 2 ਕਰੋੜ ਰੁਪਏ ਤੱਕ ਦੇ ਕਰਜ਼ ਲਈ ਹਰ ਐਫਪੀਓ ਨੂੰ ਸਰਕਾਰ ਵੱਲੋਂ ਕ੍ਰੈਡਿਟ ਗਾਰੰਟੀ ਦਿੱਤੀ ਜਾਂਦੀ ਹੈ ਜੋ ਕਿਸਾਨਾਂ ਦੇ ਹਿੱਤ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਰ ਦਿੱਤਾ ਆ ਇਤਿਹਾਸ ਵਿੱਚ ਮੇਰਾ ਨਹੀਂ ਖਿਆਲ ਵੀ ਕੋਈ ਵੀ ਕਰ ਸਕਦਾ ਹੋਵੇ ਪਹਿਲੀ ਵਾਰ ਹੋਇਆ ਆ ਕਿ ਭਾਰਤ ਦੇਸ਼ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਕੋ ਸੋਚ ਵਧੀਆ ਰੱਖਣ ਵਾਲਾ ਸਾਡਾ ਇਹ ਪ੍ਰਧਾਨ ਮੰਤਰੀ ਜਿਹੜਾ ਮਾਨਣਯੋਗ ਨਰਿੰਦਰભાઈ ਮੋਦੀ ਜੀ ਨੇ ਇਸ ਦਾ ਇੱਕੋ ਇੱਕ ਮੰਤਵ ਹੈ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਕਿਸਾਨ ਆਤਮ ਨਿਰਭਰ ਭਾਰਤ ਦੀ ਪਛਾਣ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਤੇ ਜਲੰਧਰ ਤੋਂ ਰੂਪਨਾਲ ਮਹੇ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ਚ ਪੀਜੀਆ ਦੇ ਸੈਟਲਾਈਟ ਸੈਂਟਰ ਅਤੇ ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਡਿਜੀਟਲ ਮਾਧਿਅਮ ਰਾਹੀਂ ਨੀ ਪੱਥਰ ਵੀ ਰੱਖਣਗੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵੱਡੀ ਰੈਲੀ ਨੂੰ ਸੰਬੋਧਿਤ ਕਰਨਗੇ ਜਿਸ ਲਈ ਭਾਜਪਾ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੇਸ਼ੇਕ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਪੰਜਾਬ ਫੇਰੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਹੀ ਨਹੀਂ ਸਗੋਂ ਆਮ ਜਨਤਾ ਵਿੱਚ ਵੀ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਫੇਰੀ ਨੂੰ ਬੇहद ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਫਿਰੋਜ਼ਪੁਰ ਵਿੱਚ ਪੀਜੀਆ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇੱਥੇ ਵਿਸ਼ਾਲ ਰੈਲੀ ਨੂੰ ਵੀ ਸੰਬੋਧਨ ਕਰਨਗੇ ਰੈਲੀ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਤੇ ਚੱਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਰੈਲੀ ਦੌਰਾਨ ਕਈ ਮਹੱਤਵਪੂਰਨ ਐਲਾਨਾ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਰੈਲੀ ਵਾਲੀ ਥਾਂ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਸਾਡੇ ਨੁਮਾਇੰਦੇ ਨੂੰ ਦੱਸਿਆ ਕਿ ਫਿਰੋਜ਼ਪੁਰ ਵਿੱਚ ਉਸਾਰੇ ਜਾਣ ਵਾਲਾ ਪੀਜੀਆ ਦਾ ਸੈਟਲਾਈਟ ਸੈਂਟਰ ਲੋਕਾਂ ਵਾਸਤੇ ਇੱਕ ਵਰਦਾਨ ਸਾਬਤ ਹੋਵੇਗਾ ਹੁਣ ਉਹਨਾਂ ਨੂੰ ਪੀਜੀਆ ਚੰਡੀਗੜ੍ਹ ਜਾਣ ਦੀ ਬਜਾਏ ਮਿਆਰੀ ਸਿਹਤ ਸਹੂਲਤਾਂ ਫਿਰੋਜ਼ਪੁਰ ਵਿੱਚ ਹੀ ਮਿਲ ਸਕਣਗੀਆਂ ਉਹਨਾਂ ਦੱਸਿਆ ਕਿ ਸੈਟਲਾਈਟ ਸੈਂਟਰ ਵਿੱਚ ਸਾਰੇ ਵਿਭਾਗਾਂ ਦੇ ਮਾਹਰ ਅਤੇ ਓਪੀਡੀ ਸਹੂਲਤਾਂ ਤੋਂ ਇਲਾਵਾ 200 ਬਿਸਤਰਿਆਂ ਦੀ ਇਨਡੋਰ ਵਿਵਸਥਾ ਉਨਾ ਦੱਸਿਆ ਕਿ ਸੈਟਲਾਈਟ ਸੈਂਟਰ ਦੀ ਉਸਾਰੀ ਲਈ ਜ਼ਮੀਨ ਐਕਵਾਇਰ ਕਰਨ ਮਗਰੋਂ ਚਾਰ ਦਿਵਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਭੂਮੀ ਪੂਜਨ ਕਰਕੇ ਸੈਟਲਾਈਟ ਕੇਂਦਰ ਦਾ ਨੀਂਹ ਪੱਥਰ ਰੱਖਣਗੇ ਕਿਨਾਂ ਲੋਕਾਂ ਨੂੰ ਜਿਹੜੀ ਟ੍ਰੀਟਮੈਂਟ ਵਾਸਤੇ ਦੂਰ ਦਰਾਡੇ ਜਾਣਾ ਪੈਂਦਾ ਸੀ ਚੰਡੀਗੜ੍ਹ ਤੇ ਹੋਰ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੇ ਬਠਿੰਡਾ ਵਿਖੇ ਜਿਹੜਾ ਹੈਗਾ ਆਪਣੀਆਂ ਸਹੂਲਤਾਂ ਵਾਸਤੇ ਜਾਣਾ ਪੈਂਦਾ ਸੀ ਬਟ PGI ਸੈਟੇਲਾਈਟ ਸੈਂਟਰ ਬਣਨ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਬੇਸਿਕ ਮੈਡੀਕਲ ਟਰੀਟਮੈਂਟ ਦੇ ਨਾਲ ਇਸ਼ੂਜ਼ ਨੇ ਉਹਨਾਂ ਦਾ ਬਹੁਤ ਵੱਡਾ ਜਿਹੜੀ ਰਾਹਤ ਮਿਲੇਗੀ ਕਿਉਂਕਿ ਸੁਪਰ ਸਪੈਸ਼ੈਲਟੀ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਸੁਵਿਧਾਵਾਂ ਇਸ PGI ਸੈਟੇਲਾਈਟ ਸੈਂਟਰ ਦੇ ਵਿੱਚ ਲੋਕਾਂ ਨੂੰ ਉਪਲਬਧ ਹੋਣਗੀਆਂ ਆទਿਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਕਿਹਾ ਕਿ ਇਸ ਖੇਤਰ ਦੇ ਕਈ ਜ਼ਿਲ੍ਹਿਆਂ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਇਸ ਸੈਟਲਾਈਟ ਸਿਹਤ ਕੇਂਦਰ ਦਾ ਭਰਪੂਰ ਫਾਇਦਾ ਮਿਲੇਗਾ ਤੇ ਲੋਕਾਂ ਦੇ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬਚਤ ਹੋਵੇਗੀ। ਖੇਤਰ ਦੇ ਲਈ ਬਹੁਤ ਵੱਡੀ ਉਪਲਬਧੀ ਹੈ। ਵਿਸ਼ੇਸ਼ ਕਰ ਕਿਉਂਕਿ ਫਿਰੋਜ਼ਪੁਰ ਬਾਰਡਰ ਦਾ ਏਰੀਆ ਬਿਲਕੁਲ ਪਾਕਿਸਤਾਨ ਨਾਲ ਸਟਿਆ ਹੋਇਆ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਉਪਰਾਲੇ ਦੇ ਨਾਲ ਪੀਜੀਆਈ ਚੰਡੀਗੜ੍ਹ ਦੇ ਭਾਰ ਦੇ ਅੰਦਰ ਵੀ ਕਟੋਤੀ ਆਏਗੀ। ਔਰ ਮਾਲਵੇ ਦੇ ਹੀ ਨਹੀਂ ਪੰਜਾਬ ਦੇ ਬਾਕੀ ਹਿੱਸਿਆਂ 'ਚ ਵੀ ਇਹ ਸੈਂਟਰ ਖੁੱਲ ਜਾਣ ਤੋਂ ਬਾਅਦ ਮਰੀਜ਼ਾਂ ਨੂੰ ਸਹੂਲਤ ਮਿਲੇਗੀ ਔਰ ਸਿਹਤ ਖੇਤਰ ਦੇ ਅੰਦਰ ਇਹ ਬਹੁਤ ਵੱਡਾ ਕਦਮ ਜਿਹੜਾ ਗਿਨਿਆ ਜਾਏਗਾ ਤਿਆਰੀਆਂ ਦਾ ਜਾਇਜ਼ਾ ਲੈਣਾ ਇਹ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਲਵਾ ਖੇਤਰ ਨੂੰ ਇੱਕ ਵੱਡੀ ਸਹੂਗਾਤ ਦੇਣ ਲਈ ਆ ਰਹੇ ਨੇ ਪੀਜੀਆ ਦੇ ਇਸ ਸੈਟਲਾਈਟ ਕੇਂਦਰ ਤੇ 490 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਕੇਂਦਰ 2 ਸਾਲਾਂ ਅੰਦਰ ਬਣ ਕੇ ਤਿਆਰ ਹੋ ਜਾਵੇਗਾ ਪ੍ਰਧਾਨ ਮੰਤਰੀ ਸੈਟਲਾਈਟ ਕੇਂਦਰ ਤੇ ਨੀਂਹ ਪੱਥਰ ਦੇ ਨਾਲ-ਨਾਲ ਵਰਚੁਅਲ ਮਾਧਿਅਮ ਰਾਹੀਂ ਕਪੂਠਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਵੀ ਨੀਂਹ ਪੱਥਰ ਰੱਖਣਗੇ ਸਾਡੇ ਸਭ ਵਾਸਤੇ ਇੱਕ ਨਮਨ ਕਰਨ ਵਾਲੀ ਜਿਹੜੀ ਹੈ ਉਹ ਧਰਤੀ ਹੈਗੀ ਹੈ ਸੋ ਇਸ ਧਰਤੀ ਤੇ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੁੱਜ ਰਹੇ ਨੇ ਪੂਰੇ ਪੰਜਾਬ ਵੀ ਪੂਰੇ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਪਲਕਾਂ ਵਿਛਾ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਤਿਆਰ ਹੈ ਔਰ ਇੱਕ ਇੱਕ ਬਹੁਤ ਹੀ ਉਤਸ਼ਾਹਪੂਰਨ ਮਾਹੌਲ ਜਿਹੜਾ ਹੈਗਾ ਉਹ ਪੰਜਾਬੀਆਂ ਦੇ ਵਿੱਚ ਵੀ ਆ ਔਰ ਸਾਡੇ ਕਾਰਜਕਰਤਾਵਾਂ ਦੇ ਵੀ ਅੰਦਰ ਹੈਗਾ ਔਰ ਬੜੇ ਹੀ ਜੋਸ਼ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਪਲਕਾਂ ਬਿਚਾ ਕੇ ਪ੍ਰਧਾਨ ਮੰਤਰੀ ਜੀ ਦੇ ਉਸ ਰੈਲੀ ਦਾ ਇੰਤਜ਼ਾਰ ਹੈਗਾ ਫਿਰੋਜ਼ਪੁਰ ਤੋਂ ਜਸਵਿੰਦਰ ਸਿੰਘ ਬਿੱਟਾ ਦੇ ਨਾਲ 우ਸ਼ਾ ਪਵਾਰ ਦੂਰਦਰਸ਼ਨ ਸਮਾਚਾਰ ਜਿਲੰਦਰ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਕਿਹਾ ਕਿ ਕਪੜੇ ਤੇ GST ਵਧਾਉਣ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ ਨਵੀਆਂ GST ਦਰਾਂ ਅੱਜ ਤੋਂ ਲਾਗੂ ਹੋਣੀਆਂ ਸਨ ਨਵੀਂ ਦਿੱਲੀ GST ਪ੍ਰੀਸ਼ਦ ਦੀ ਮੀਟਿੰਗ ਮਗਰੋਂ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕਪੜਿਆਂ ਤੇ GST ਦੀ ਮੌਜੂਦਾ ਦਰ 5% ਹੀ ਬਣੀ ਰਹੇਗੀ ਉਨ੍ਹਾਂ ਦੱਸਿਆ ਕਿ ਕਈ ਚੀਜ਼ਾਂ ਬਾਰੇ GST ਦਰ ਤੇ ਚਰਚਾ ਕੀਤੀ ਗਈ ਹੈ ਮਾਤਾ ਵੈਸ਼ਨੂ ਦੇ ਵੀ ਪਮੰਜ ਪਗਦੜ ਦੇ ਚਲਦਿਆਂ ਹੁਣ ਤੱਕ 12 ਸ਼ਰਦਾਲੂਆਂ ਦੇ ਮਾਰੇ ਜਾਣ ਅਤੇ 13 ਸ਼ਰਦਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਬੁਲਾਰੀ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਰ ਜਾਰੀ ਨੇ ਇਸ ਘਟਨਾ ਮਗਰੋਂ ਯਾਤਰਾ ਨੂੰ ਰੋਕ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਜਪਾਲ ਮਨੋਜ ਸਨਹਾ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਹੈ ਪ੍ਰਧਾਨ ਮੰਤਰੀ ਨੇ ਘਟਨਾ ਤੇ ਦੁੱਖ ਪ੍ਰਗਟਾਇਆ ਹੈ ਬੀਜੇਪੀ ਵੱਲੋਂ ਨਵਾਂ ਪੰਜਾਬ ਪੱਜਪਾ ਦੇ ਨਾਲ ਮੋਹਮ ਦੀ ਸ਼ੁਰੂਆਤ ਕੀਤੀ ਗਈ ਹੈ ਲੁਧਿਆਣਾ ਚ ਕੱਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਬੰਦੀ ਜਾਣਕਾਰੀ ਦਿੰਦੇ ਕੇਂਦਰੀ ਮੰਤਰੀ ਅਤੇ ਪੰਜਾਬ ਬੀਜੇਪੀ ਚੋਣ ਮਾਮਲਿਆਂ ਦੇ ਇੰਚਾਰਜ ਗੁਰਜਿੰਦਰ ਸਿੰਘ ਸ਼ੇਖਾਵਤ ਅਤੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਕਿਹਾ ਕਿ ਇਸ ਮੋਹਮ ਨਾਲ ਚੋਣਾਂ ਦਾ ਬਿਲਕੁਲ ਵਜਾ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪ੍ਰਸ਼ਤ ਮੰਤਰੀਆਂ ਤੇ ਵਿਧਾਨਕਾਰਾਂ ਨੂੰ ਬੀਜੇਪੀ ਚ ਸ਼ਾਮਿਲ ਨਹੀਂ ਕੀਤਾ ਜਾਪੇਗਾ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਨਾਲ ਗੱਠ ਜੋੜਦਾ ਹੁਣ ਕੋਈ ਸਵਾਲ ਨਹੀਂ ਹੈ ਤੇ ਜਦੋਂ ਪੰਜਾਬ ਨੂੰ ਇਸ ਗੱਠ ਜੋੜ ਦੀ ਸਭ ਤੋਂ ਵੱਧ ਲੋੜ ਉਦੋਂ ਅਕਾਲੀ ਦਲ ਨੇ ਬੀਜੇਪੀ ਨਾਲ ਆਪਣਾ ਨਾਤਾ ਤੋੜ ਲਿਆ ਬੀਜੇਪੀ ਦੇ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਸਵਾਲ ਤੇ ਅਸ਼wini ਸ਼ਰਮਾ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਕੀਤਾ ਜਾਪੇਗਾ ਅਸ਼wini ਸ਼ਰਮਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਬੀਜੇਪੀ ਨਾਲ ਜੁੜਨ ਦੀ ਅਪੀਲ ਕੀਤੀ ਤੇ ਇਸ ਲਈ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਜਿਸ ਤੇ ਮਸਟ ਕਾਲ ਤੇ ਕਿ ਲੋਕ ਪਾਰਟੀ ਨਾਲ ਜੁੜ ਸਕਦੇ ਨੇ ਇਸ ਤੋਂ ਇਲਾਵਾ ਬੀਜੇਪੀ ਦੀ ਇੱਕ ਵੈੱਬਸਾਈਟ ਵੀ ਜਾਰੀ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲਾਗੇ ਬੱਲਣਾ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਆਤਮਿਕ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕੱਲ ਬੱਲਣਾ ਵਿਖੇ ਡੇਰੇ ਦੇ ਮੁਖੀ ਸੰਤ ਨਰਨਜਨ ਦਾਸ ਦੀ ਹਾਜ਼ਰੀ ਚ ਮੱਥਾ ਟੇਕਿਆ ਉਹਨਾਂ ਇਹ ਅਧਿਐਨ ਕੇਂਦਰ ਸਥਾਪਿਤ ਕਰਨ ਲਈ 25 ਕਰੋੜ ਰੁਪਏ ਦਾ ਇੱਕ ਚੈੱਕ ਉਹਨਾਂ ਨੂੰ ਸੌਂਪਿਆ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਧਿਐਨ ਕੇਂਦਰ ਨਾਲ ਗੁਰੂ ਜੀ ਦੇ ਜੀਵਨ ਅਤੇ ਫਲਸਫੇ ਤੇ ਅੱਗੇ ਵਿਆਪਕ ਖੋਜ ਕੀਤੀ ਜਾ ਸਕੇਗੀ ਜਿਸ ਨਾਲ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਦੁਨੀਆਂ ਦੇ ਕੋਨੇ ਉਨੇਚ ਪ੍ਰਚਾਰ ਕਰਨ ਚ ਕਾਫੀ ਮਦਦ ਮਿਲੇਗੀ। ਦੇਸ਼ ਦੇ ਹੁਰਨਾ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਵਕਫਕ ਤਾਂ ਨਵੇਂ ਸਾਲ ਵੀ ਸੂਬਾਈ ਦਾ ਸਵਾਗਤ ਖੁਸ਼ੀਆਂ ਤੇ ਚਾਵਾਂ ਨਾਲ ਕੀਤਾ ਗਿਆ। ਇਸ ਮੌਕੇ ਵਕਫਕ ਹੂਟਲਾਂ ਤੇ ਹੁਰਨਾ ਥਾਵਾਂ ਤੇ ਕਈ ਪ੍ਰੋਗਰਾਮ ਹੋਏ। ਇਨ੍ਹਾਂ ਹੂਟਲਾਂ, ਰੈਸਟੋਰੈਂਟਾਂ ਨੂੰ ਰੰਗ-बिरੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਨਵੇਂ ਸਾਲ ਦੇ ਜਸ਼ਨਾਂ 'ਚ ਸ਼ਾਮਲ ਲੋਕਾਂ ਨੇ ਗੀਤ, ਸੰਗੀਤ ਦੀਆਂ ਧੁਨਾਂ ਤੇ ਨੱਚਦਿਆਂ ਇੱਕ ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਹਦੀ ਜੰਮੀ ਜੱਗ ਸੋਹਣੀ ਜਈ ਮੈਂ ਵੀ ਘੜਾ ਪੁੱਤ ਤੂੰ ਮਛਲ ਤੇ ਚਈ ਮੇਰੇ ਦਿਲ ਵਿੱਚ ਆਏ ਘਿਆਰੀ ਕਦ ਤੈਨੂੰ ਜੀ ਕਰਦਾ ਹੈ ਪਾਉਂ ਮੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਸੰਬੰਧੀ ਹਦਾਇਤਾਂ ਦਾ ਪਾਲਣ ਕਰਵਾਉਣ ਲਈ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਸਨ ਪਰ ਇਹ ਸਭ ਲੋਕਾਂ ਦੇ ਜੋਸ਼ ਅਗੇ ਫਿੱਕੇ ਨਜ਼ਰ ਆਏ ਲੋਕ ਬਿਨਾ ਮਾਸਤੇ ਦੂਰੀ ਤੋਂ ਦੇਰ ਰਾਤ ਤੱਕ ਨਾਚ ਕਰਦੇ ਰਹੇ ਜਲੰਧਰ ਤੋਂ ਸਾਡੇ ਪੱਤਰਕਾਰ ਸਤਪੰਤਰ ਕੁਮਾਰ ਨਾਲ ਇਹਨਾਂ ਜਸ਼ਨਾਂ 'ਚ ਸੱਲੈਨ ਵਾਲੇ ਲੋਕਾਂ ਨੇ ਆਪਣੀ ਵਿਚਾਰ ਇੰਜ ਸਾਂਝੇ ਕੀਤੇ ਨਹੀਂ ਜੀ ਮਾਸ ਤੋਂ ਵੀ ਵੈਸੇ ਸਾਨੂੰ ਰੋਕਿਆ ਗਿਆ ਤੇ ਦੱਸਿਆ ਜਾਵੇ ਤਾਂ ਉਹਦਾ ਮਤਲਬ ਕਿਸੇ ਚੀਜ਼ ਤੋਂ ਨਹੀਂ ਰੋਕਟੋਕ ਕੀਤੀ ਗਈ ਸਾਨੂੰ ਦੇਖੋ ਪਿਛਲੇ 1.5-2 ਸਾਲ ਤੋਂ ਲਗਭਗ ਸਾਰੇ ਲੋਕ ਪਰੇਸ਼ਾਨ ਹਨ ਜਿੱਦਾਂ ਕਿ ਕੋਵਿਡ ਦੀ ਲਹਿਰ ਪਹਿਲੀ ਲਹਿਰ ਚੱਲੀ ਦੂਜੀ ਲਹਿਰ ਚੱਲੀ ਲੇਕਿਨ ਅੱਜ ਮੈਂ ਦੇਖ ਰਿਹਾਗਾ ਕਿ ਹਰ ਕਿਸੇ 'ਚ ਉਤਸ਼ਾਹ ਜ਼ਰੂਰ ਹੈ ਲੋਕ ਘਰੋਂ ਪਰੇਸ਼ਾਨ ਵੀ ਆ ਕਾਰੋਬਾਰ ਲੋਕਾਂ ਦੇ ਠੱਪ ਹੋਏ ਪਏ ਸੀਗੇ ਲੇਕਿਨ ਅੱਜ ਹਰ ਕੋਈ ਬਾਹਰ ਆ ਕੇ ਇੰਜੋਏ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਨਵਾਂ ਸਾਲ ਸਭ ਲੋਕ ਚਾਹਦੇ ਆ ਕਿ ਨਵਾਂ ਸਾਲ ਅਗਲਾ ਅੱਛਾ ਸਾਲ ਆਵੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਆਰੋਜ਼ ਅਤੇ ਏ ਆਰੋਜ਼ ਲਈ ਚੰਡੀਗੜ੍ਹ ਵਿਖੇ ਕੱਲ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ ਗਿਆ। ਇਸ ਚ ਸੂਬੇ ਦੇ 111 ਆਰੋਜ਼ ਅਤੇ ਏ ਆਰੋਜ਼ ਨੇ ਹਿੱਸਾ ਲਿਆ। ਉਹਨਾਂ ਚੋਣਾਂ ਦੀ ਜਾਣਕਾਰੀ ਦੇ ਆਧਾਰ ਤੇ ਆਨਲਾਈਨ ਟੈਸਟ ਵੀ ਦਿੱਤੇ। ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਇਨਵੈਜੀਲੇਟਰ ਰਜੂਗੇਸ਼ ਸਹਾਰਨ ਦੀ ਨਿਗਰਾਨੀ ਹੇਠ ਇਹ ਟੈਸਟ ਕਰਵਾਏ ਗਏ। ਇਸ ਦੌਰਾਨ ਪੰਜਾਬ ਦੇ ਸੀਈਓ ਡਾਕਟਰ ਐਸ ਕਰੂਨਾ ਰਾਜੂ, ਵਿਧੀਕ ਸੀਈਓ ਅਮਨਦੀਪ ਕੌਰ ਅਤੇ ਜੁਆਇੰਟ ਸੀਈਓ ਇੰਦਰਪਾਲ ਸਿੰਘ ਵੀ ਮੌਜੂਦ ਸਨ। ਡਾਕਟਰ ਰਾਜੂ ਨੇ ਮੁਲਾਂਕਣ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚਾੜ੍ਹ ਲਈ ਸਾਰਿਆਂ ਨੂੰ ਵਧਾਈ ਦਿੱਤੀ। ਪਟਿਆਲਾ ਦੇ ਜ਼ਿਲ੍ਹਾ ਚੋਣ ਅਫਸਰ ਸੰਦੀਪ ਹੰਸ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਜਨਾਂ ਦੀਆਂ ਵੋਟਾਂ 100% ਪੁਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚੇਚੇ ਪ੍ਰਬੰਧ ਕੀਤੇ ਜਾਣਗੇ ਪਟਿਆਲਾ ਅੱਜ ਕੱਲ ਜ਼ਿਲ੍ਹਾ ਪਦਰੀ ਨਿਗਰਾਨ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਜ਼ਿਲ੍ਹੇ ਚੋਣਾਂ ਨੂੰ ਸਭ ਦੀ ਪਹੁੰਚ ਵਿੱਚ ਬਣਾਉਣ ਲਈ ਕਮੇਟੀ ਬਣਾ ਦਿੱਤੀ ਗਈ ਹੈ ਉਹਨਾਂ ਆਖੇ ਕਿ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਨੂੰ ਟਰਾਂਸਪੋਰਟ ਕਰਕੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਲਿਓਣ ਅਤੇ ਪੋਲਿੰਗ ਬੂਥ ਤੇ ਨਾ ਪਹੁੰਚ ਸਕਣ ਵਾਲੇ ਵੋਟਰਾਂ ਲਈ ਪੋਸਟਲ ਬੈਲਟ ਪੇਪ ਲੁਧਿਆਣਾ ਦੇ ਅਦਾਲਤ ਕੰਪਲੈਕਸ ਵਿੱਚ ਬੀਤੇ ਦਿਨੀ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ NIA ਨੇ FIR ਦਰਜ ਕਰ ਲਈ ਹੈ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਸੂਤਰਾਂ ਮੁਤਾਬਕ FIR ਵਿੱਚ આરોપી ਜਸਵਿੰਦਰ ਸਿੰਘ ਮਲਤਾਨੀ ਦਾ ਨਾਮ ਹੀ ਸ਼ਾਮਿਲ ਹੈ ਅਤੇ ਉਸ ਨਾਲ ਜੁੜੇ ਕਨੈਕਸ਼ਨ ਦੀ ਜਾਂਚ ਲਈ NIA ਦੀ ਟੀਮ ਜਰਮਨੀ ਜਾਵੇਗੀ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ આરਐਨਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਟੈਬੂਲਟਨ ਦੇ ਅਖੀਰ ਵਿੱਚ ਚੁਣੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਖਾਤਿਆਂ 'ਚ 20000 ਕਰੋੜ ਰੁਪਏ ਤੋਂ ਵੱਧ ਦੀ ਸਨਮਾਨ ਰਾਸ਼ੀ ਕਰਨਗੇ ਟਰਾਂਸਫਰ ਪੰਜਾਬ বিজেপি ਵੱਲੋਂ ਨਵਾਂ ਪੰਜਾਬ ਪੱਜਪਾ ਦੇ ਨਾਲ ਮੋਹਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਲਾਗੇ ਬੱਲਾ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਸਥਾਪਿਤ ਕਰਨ ਦਾ ਕੀਤਾ ਐਲਾਨ ਦੇਸ ਦੇ ਹੋਰ ਨਾ ਹਿੱਸਿਆਂ ਵਾਂਗ ਪੰਜਾਬ 'ਚ ਨਵੇਂ ਸਾਲ 2022 ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕਰੋਨਾ ਸਬੰਧੀ ਨਿਯਮਾਂ ਦੀਆਂ ਉਡੀਆਂ ਝੱਜੀਆਂ ਦੇਸ ਦੇ ਨਾਲ ਹੀ ਖਬਰਾਂ ਦੇ ਬਲਟਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ